ਹਾਂਜੀ ਦੋਸਤੋ ਸਵਾਗਤ ਹੈ YouTube ਚੈਨਲ ਪਾਇਟਿਕ ਲਾਈਵ ਤੇ ਹੀ ਤੇ ਮੈਂ ਤੁਹਾਡਾ ਦੋਸਤ ਸਾਹਿਬ ਸਿੰਘ ਵਿਰਕ ਹਾਜ਼ਰ ਹਾਂ ਜੀ ਹੁਣ ਤੱਕ ਦੇ ਆ ਮੁੱਖ ਜਾਣਕਾਰੀਆਂ ਨਾਲ ਪੰਜਾਬ ਦੇ ਵਿੱਚੋਂ 18 ਮਈ ਤੋਂ ਬਾਅਦ ਕਰਫਿਊ ਖਤਮ ਹੋ ਜਾਵੇਗਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ Facebook ਲਾਈਵ ਸੈਸ਼ਨ ਦੌਰਾਨ ਇਹ ਐਲਾਨ ਕੀਤਾ ਕਿ ਪੰਜਾਬ ਰਾਜ ਵਿੱਚ ਕਰਫਿਊ 18 ਮਈ ਤੋਂ ਹਟਾ ਦਿੱਤਾ ਜਾਵੇਗਾ ਪਰ ਲੋਕਡਾਊਨ ਜਾਰੀ ਰਹੇਗਾ ਇਸ ਬਾਰੇ ਵਧੇਰੇ ਜਾਣਕਾਰੀ ਅੱਜ ਦਿੱਤੀ ਜਾਵੇਗੀ ਕੈਪਟਨ ਨੇ ਇਹ ਵੀ ਕਿਹਾ ਕਿ ਉਹ ਸੰਤਰੀ ਲਾਲ ਅਤੇ ਹਰੇ ਜ਼ੋਨ ਪਾਵਰ ਰੈੱਡ ਔਰੇਂਜ ਅਤੇ ਗ੍ਰੀਨ ਜ਼ੋਨ ਦੇ ਹੱਕ ਵਿੱਚ ਨਹੀਂ ਹਨ ਇਸ ਲਈ ਉਹ ਕੇਂਦਰ ਨੂੰ ਆਖ ਰਹੇ ਹਨ ਕਿ ਉਹਨਾਂ ਨੂੰ ਕਨਫਾਈਨਮੈਂਟ ਅਤੇ ਨੌਨ ਕਨਫਾਈਨਮੈਂਟ ਏਰੀਆ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ ਕਨਫਾਈਨਮੈਂਟ ਮਤਲਬ ਉਹ ਖੇਤਰ ਜਿੱਥੇ ਕਰੋਨਾ ਦੇ ਕੇਸ ਨੇ ਅਤੇ ਨਾਨ ਕਨਫਾਈਨਮੈਂਟ ਉਹ ਖੇਤਰ ਜਿੱਥੇ ਕਰੋਨਾ ਦੇ ਕੇਸ ਨਹੀਂ ਹਨ ਹੁਣ ਕੈਪਟਨ ਸਰਕਾਰ ਕਨਫਾਈਨਮੈਂਟ ਖੇਤਰ ਨੂੰ ਛੱਡ ਕੇ ਬਾਕੀ ਇਲਾਕੇ ਖੋਲਣ ਦੀ ਤਿਆਰੀ 'ਚ ਤਾਂ ਜੋ ਆਮ ਜ਼ਿੰਦਗੀ ਜਲਦੀ ਲਈ ਤੇ ਆ ਸਕੇ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਹ ਸਕੂਲ ਖੋਲਣ ਦੇ ਹਾਲੇ ਹੱਕ 'ਚ ਨਹੀਂ ਹਨ ਕਿਉਂਕਿ ਬੱਚਿਆਂ ਦੀਆਂ ਸੁਰੱਖਿਆ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਕਹਿੰਦਾ ਕਿ ਕਲਾਸ 'ਚ ਬੱਚਿਆਂ ਨੂੰ ਇੱਕ ਦੂਜੇ ਤੋਂ ਦੂਰ ਰੱਖਣਾ ਸੰਭਵ ਨਹੀਂ ਹੋਵੇਗਾ ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਨਿਰੰਤਰ ਜਾਰੀ ਨੇ ਅੱਜ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀਡੀਓ ਕਾਨਫਰੰencing ਜਰੀਏ ਸਾਰੇ ਮੁਲਕਾਂ ਵਿੱਚ ਨਿਯੁਕਤ ਕੋਆਰਡੀਨੇਟਰਾਂ ਨਾਲ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਨੂੰ 2020-21 ਦੀਆਂ ਫੀਸਾਂ ਵਿੱਚ ਸਾਲ 2019-20 ਦੌਰਾਨ ਲਈਆਂ ਗਈਆਂ ਫੀਸਾਂ ਦੇ ਮੁਕਾਬਲੇ ਕੋਈ ਵਾਧਾ ਨਾ ਕਰਨ ਦੀ ਸਲਾਹ ਦਿੱਤੀ ਹੈ ਇਸ ਸਬੰਧੀ ਸਾਰੇ ਪ੍ਰਾਈਵੇਟ ਅਤੇ ਅਨਐਡਿਡ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਦੇ ਪ੍ਰਬੰਧਕਾਂ ਪ੍ਰਿੰਸੀਪਲਾਂ ਨੂੰ ਡਾਇਰੈਕਟਰ ਪਬਲਿਕ ਇਨਸਟਰਕਸ਼ਨਜ਼ ਸੈਕੰਡਰੀ ਸਿੱਖਿਆ ਨੇ ਪੱਤਰ ਜਾਰੀ ਕੀਤਾ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਕਾਲੇ ਛੋਲੇ ਵੰਡਣ ਦੇ ਮਾਪਦੰਡਾਂ ਵਿੱਚ ਤਬਦੀਲੀ ਕਰਕੇ ਪ੍ਰਤੀ ਪਰਿਵਾਰ ਦੀ ਬਜਾਏ ਪ੍ਰਤੀ ਵਿਅਕਤੀ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਕੋਵਿਡ-19 ਦੇ ਲੋਕਡਾਊਨ ਦੌਰਾਨ ਪਰਵਾਸੀ ਮਜ਼ਦੂਰਾਂ ਨੂੰ ਅਨਾਜ ਦੀ ਬਰਾਬਰ ਵੰਡ ਯਕੀਨੀ ਬਣਾਈ ਜਾ ਸਕੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੇਂਦਰੀ ਖਪਤਕਾਰ ਮਾਮਲਿਆਂ ਖੁਰਾਕ ਅਤੇ ਜਨਤਿਕ ਵੰਡ ਮੰਤਰਾਲੇ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਉਹ ਮੰਤਰਾਲੇ ਦੇ ਮੌਜੂਦਾ ਦਿਸ਼ਾ ਨਿਰਦੇਸ਼ ਨਾਲ ਪਰਵਾਸੀ ਮਜ਼ਦੂਰਾਂ ਦੇ ਨਾਲ ਨਾਲ ਸੂਬਾ ਸਰਕਾਰ ਲਈ ਦਿੱਕਤਾਂ ਖੜੀਆਂ ਹੋਣ ਸਕਦੀਆਂ ਨੇ ਅੱਗੇ ਜਿਹੜੀ ਇੱਕ ਬਹੁਤ ਹੀ ਸ਼ਰਮਨਾਕ ਜਾਣਕਾਰੀ ਆ ਰਹੀ ਹੈ ਹੁਸ਼ਿਆਰਪੁਰ ਤੋਂ ਜਿੱਥੇ ਪਿਓ ਭਰਾ ਦਾ ਸ਼ਰਮਨਾਕ ਕਾਰ ਧੀ ਨਾਲ ਹੀ ਕਰਦੇ ਰਹੇ ਨੇ ਬਲਾਤਕਾਰ ਇੱਥੋਂ ਦੇ ਚੱਬੇਵਾਲ ਚ ਪਿਓ ਭਰਾ ਦੇ ਰਿਸ਼ਤਿਆਂ ਨੂੰ ਸ਼ਰਮਸ਼ਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਇੱਥੇ ਇੱਕ ਪਿਓ ਅਤੇ ਚਚੇਰੇ ਭਰਾ ਨੇ ਬੇਸ਼ਰਮੀ ਦੇ ਹੱਦਾਂ ਪਾਰ ਕਰਦੇ ਹੋਏ ਆਪਣੀ ਧੀ ਦੇ ਨਾਲ ਹੀ ਸਰੀਰਕ ਸੰਬੰਧ ਬਣਾ ਲਏ ਇਸ ਸਾਰੀ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਲੜਕੀ ਦੇ ਗਰਭਵਤੀ ਹੋਣ ਉਪਰੰਤ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਥਾਣਾ ਚੱਬੇਵਾਲ ਦੀ ਪੁਲਿਸ ਨੇ ਪਿਤਾ ਅਤੇ ਚਚੇਰੇ ਭਰਾ ਤੇ ਆਪਣੀ ਹੀ ਬੇਟੀ ਨਾਲ ਸਰੀਰਕ ਸੰਬੰਧ ਬਣਾ ਕੇ ਗਰਭਵਤੀ ਕਰਨਾ ਮਾਮਲਾ ਦਰਜ ਕੀਤਾ ਹੈ। ਐਸਐਚਓ ਚੱਬੇਵਾਲ ਅਤੇ ਐਸਆਈ ਨੂੰ ਪੀੜਤ ਲੜਕੀ ਨੇ ਆਪਣੇ ਬਿਆਨ ਚ ਦੱਸਿਆ ਕਿ ਚੱਬੇਵਾਲ ਦੀ ਰਹਿਣ ਵਾਲੀ ਮਨਵੀਰ ਕੌਰ ਜਿਹੜੀ ਕਿ 20 ਸਾਲ ਦੀ ਉਹਨਾਂ ਦਾ ਬਦਲਿਆ ਹੋਇਆ ਨਾਂ ਦੱਸਿਆ ਜਾ ਰਿਹਾ ਨਾਲ ਉਸਦੇ ਪਿਓ ਸ਼ਮੀ ਕਪੂਰ ਪੁੱਤਰ ਮਦਨ لال ਅਤੇ ਤਾਇਆ ਪ੍ਰਵੀਨ ਕੁਮਾਰ ਦਾ ਮੁੰਡਾ ਪ੍ਰਿੰਸ 10 ਮਹੀਨੇ ਤੱਕ ਗਲਤ ਕਰਤੂਤਾ ਕਰਦਾ ਰਿਹਾ ਇਸ ਨੂੰ ਲੜਕੀ ਵਾਰ-ਵਾਰ ਮਨਾ ਕਰਦੀ ਰਹੀ ਪਰ ਲੜਕਾ ਨਾ ਮੰਨਿਆ ਅੱਗੇ ਉਹਨਾਂ ਦੱਸਦੇ ਹੋਏ ਕਿਹਾ ਕਿ ਉਸ ਤੋਂ ਬਾਅਦ ਲੜਕੇ ਨੇ ਉਸ ਦੇ ਨਾਲ ਉਸ ਦੀ ਮਰਜ਼ੀ ਖਿਲਾਫ ਸਬੰਧ ਬਣਾਏ ਅਤੇ ਉਸ ਦੇ ਬਾਅਦ ਪਿਤਾ ਸ਼ਮੀ ਨੇ ਵੀ ਉਸ ਨਾਲ ਬਲਾਤਕਾਰ ਕੀਤਾ ਇਸ ਦੌਰਾਨ ਪਿਓ ਅਤੇ ਚਚੇਰਾ ਭਰਾ ਦੋਵੇਂ ਕਿਸੇ ਨੂੰ ਕੁਝ ਵੀ ਨਾ ਕਹਿਣ ਦੀ ਧਮਕੀ ਦਿੰਦੇ ਰਹੇ ਵੀਰਵਾਰ ਸ਼ਾਮ ਕਰੀਬ 6 ਵਜੇ ਜਦੋਂ ਉਸ ਦੇ ਪੇਟ 'ਚ ਦਰਦ ਹੋਈ ਤਾਂ ਉਸ ਦੇ ਪਿਤਾ ਸ਼ਮੀ ਅਤੇ ਪ੍ਰਿੰਸ ਨੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਉਸ ਨੂੰ ਲੈ ਜਾ ਕੇ ਦਾਖਲ ਕਰਵਾਇਆ ਉਥੇ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਮਾਂ ਨੂੰ ਪਤਾ ਲੱਗਣ ਤੇ ਮਾਂ ਵੀ ਉਥੇ ਪਹੁੰਚ ਗਈ ਇਸ ਦੌਰਾਨ ਡਾਕਟਰਾਂ ਨੇ ਦੱਸਿਆ ਕਿ ਉਕਤ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਪਰ ਸਮੇਂ ਤੋਂ ਪਹਿਲਾਂ ਹੀ ਬੱਚਾ ਹੋਂ ਕਰਕੇ ਬੱਚੇ ਦੀ ਮੌਤ ਹੋ ਗਈ ਥਾਣਾ ਚੱਬੇਵਾਲ ਦੀ ਪੁਲਿਸ ਨੇ ਤਾਰਾ 376 506 ਦੇ ਅਧੀਨ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਪਟਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਸ਼ੂ ਪਾਲਕਾਂ ਲਈ ਇੱਕ ਚੰਗੀ ਖਬਰ ਸੁਣਨ ਨੂੰ ਮਿਲ ਰਹੀ ਹੈ ਪੰਜਾਬ ਸਰਕਾਰ ਨੇ ਇਸ ਦੇ ਬਾਰੇ ਵਿੱਚ ਇੱਕ ਅਹਿਮ ਫੈਸਲਾ ਲਿਆ ਹੈ ਪੰਜਾਬ ਦੇ ਤਕਰੀਬਨ 11 ਲੱਖ ਪਸ਼ੂ ਪਾਲਕਾਂ ਨੂੰ ਵੱਡੀ ਰਾਹ ਦੇਣ ਲਈ ਇੱਕ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪਸ਼ੂਆਂ ਨੂੰ ਗਲ ਕੋਟੀ, ਸਵਾਈਨ ਬੁਖਾਰ ਅਤੇ ਪੱਟ ਸੋਜ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਟੀਕੇ ਮੁਫਤ ਲਾਏ ਜਾਣਗੇ ਸੂਬਾ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਵਿੱਚ ਹੁਣ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਲਾਏ ਜਾਂਦੇ ਸਾਰੇ ਟੀਕੇ ਮੁਫਤ ਹੋ ਜਾਣਗੇ ਸੂਬੇ ਦੇ ਪਸ਼ੂ ਪਾਲਣ ਡੇਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਭਾਗ ਨੇ ਫੈਸਲਾ ਕਰੋਨਾ ਮਹਾਮਾਰੀ ਨਾਲ ਹੋਏ ਨੁਕਸਾਨ ਕਾਰਨ ਪਸ਼ੂ ਪਾਲਕਾਂ ਨੂੰ ਕੁਝ ਰਾਹਤ ਦੇਣ ਲਈ ਕੀਤਾ ਹੈ ਉਨਾ ਆਖਿਆ ਕਿ ਇਹ ਕੱਲੀ ਗਲਕੋਟੀ ਬਿਮਾਰੀ ਤੋਂ ਬਚਾਦਾ ਟੀਕਾ ਲਵਾਉਣ ਲਈ ਪਸ਼ੂ ਪਾਲਕਾਂ ਨੂੰ ਹਰ ਸਾਲ ਤਕਰੀਬਨ 3.5 ਕਰੋੜ ਰੁਪਏ ਦਾ ਖਰਚਾ ਸਹਿਣਾ ਪੈਂਦਾ ਸੀ ਜੋ ਹੁਣ ਬਿਲਕੁਲ ਮੁਫਤ ਲਾਇਆ ਜਾਵੇਗਾ। ਸੂਬੇ 'ਚ ਇਹ ਟੀਕਾ ਹਰ ਸਾਲ ਤਕਰੀਬਨ 65 ਲੱਖ ਪਸ਼ੂਆਂ ਨੂੰ ਲਾਇਆ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ 1.80 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਗ੍ਰਹਿ ਰਾਜਾਂ ਲਈ ਭੇਜਿਆ ਗਿਆ ਵਾਪਸ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ 150 ਵਿਸ਼ੇਸ਼ ਟ੍ਰੇਨਾਂ ਰਾਹੀਂ 180000 ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਪਿਤਰੀ ਰਾਜਾਂ 'ਚ ਵਾਪਸ ਜਾਣ ਦੀ ਸਹੂਲਤ ਮੱਈਆ ਕਰਵਾ ਕੇ ਪੰਜਾਬ ਸੂਬੇ ਨੇ ਆਪਣੇ ਗ੍ਰਹਿ ਰਾਜਾਂ ਨੂੰ ਵਾਪਸ ਜਾਣ ਦੀ ਇੱਛਾ ਰੱਖਣ ਵਾਲਿਆਂ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਉਹਨਾਂ ਦੇ ਪਰਿਵਾਰਾਂ ਨਾਲ ਮਿਲਣਾ ਯਕੀਨੀ ਬਣਾਇਆ ਹੈ ਉੱਤਰ ਪ੍ਰਦੇਸ਼ ਦੀ ਸੀਮਾ 'ਚ ਹੁਣ ਪ੍ਰਵਾਸੀ ਮਜ਼ਦੂਰ ਗੈਰ ਕਾਨੂੰਨੀ ਵਾਹਨਾ ਰਾਹੀਂ ਬਾਈਕ ਜਾਂ ਪੈਦਲ ਚੱਲ ਕੇ ਨਹੀਂ ਆ ਸਕਣਗੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਮਜ਼ਦੂਰਾਂ ਦੇ ਪਲਾਈਨ ਤੇ ਸਪਸ਼ਟ ਨਿਰਦੇਸ਼ ਦਿੱਤੇ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਜਾਰੀ ਦੇ ਇਸ ਚ ਸਪਸ਼ਟ ਤੌਰ ਤੇ ਸੀਐਮ ਯੋਗੀ ਨੇ ਆਖਿਆ ਕਿ ਕਿਸੇ ਵੀ ਪ੍ਰਵਾਸੀ ਨਾਗਰਿਕ ਨੂੰ ਪੈਦਲ ਗੈਰਕਾਨੂੰਨੀ ਜਾਂ ਅਸੁਰੱਖਿਤ ਗੱਡੀਆਂ ਰਾਹੀਂ ਯਾਤਰਾ ਨਹੀਂ ਕਰਨ ਦਿੱਤੀ ਜਾਵੇਗੀ ਤੇ ਅੰਤ ਵਿੱਚ ਇੱਕ ਕਿਸਾਨ ਵੀਰਾਂ ਵਾਸਤੇ ਅਹਿਮ ਜਾਣਕਾਰੀ ਜਿੱਥੇ ਪੰਜਾਬ ਸਰਕਾਰ ਨੇ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਨ ਲਈ ਨਿਰਦੇਸ਼ ਜਾਰੀ ਕੀਤੇ ਨੇ ਉੱਥੇ ਹੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਜਿਹੜੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉੱਪਰ ਲਿਖਿਆ ਹੋਇਆ ਹੈ ਕਿ ਜ਼ਿਲ੍ਹੇ ਤੋਂ ਬਾਹਰੋਂ ਜਾਂ ਪੰਜਾਬ ਰਾਜ ਤੋਂ ਬਾਰੂ ਲੇਬਰ ਮਗਮਾਉਣ ਸੰਬੰਧੀ ਫਾਰਮ ਭਰ ਸਕਦੇ ਹੋ ਜਿਸ ਦੇ ਵਿੱਚ ਲੜੀ ਨੰਬਰ ਕਿਸਾਨ ਦਾ ਨਾਮ ਪਿਤਾ ਦਾ ਨਾਮ ਪਿੰਡ ਮੋਬਾਈਲ ਨੰਬਰ ਕਿੱਥੋਂ ਲੇਬਰ ਮਗਵਾਉਣੀ ਹੈ ਪੂਰਾ ਪਤਾ ਲੇਬਰ ਠੇਕੇਦਾਰ ਦਾ ਨਾਮ ਮੋਬਾਈਲ ਨੰਬਰ ਲੇਬਰ ਠੇਕੇਦਾਰ ਦਾ ਪੂਰਾ ਪਤਾ ਬੰਦਿਆਂ ਦੀ ਗਿਣਤੀ ਲੇਬਰ ਦੀ ਰਿਹਾਈ ਦਾ ਪੂਰਾ ਪਤਾ ਕਿਹੜੇ ਕਿਸਾਨ ਕੋਲ ਉਸ ਦਾ ਪਤਾ ਪਿੰਡ ਮੋਬਾਈਲ ਨੰਬਰ ਵਗੈਰਾ ਵਗੈਰਾ ਲਿਖਿਆ ਹੋਇਆ ਇਸ ਫਾਰਮ ਤੇ ਪਰ ਇਸ ਸੰਬੰਧੀ ਅਜੇ ਤੱਕ ਕੋਈ ਵੀ ਪੁਖਤਾ ਜਾਣਕਾਰੀ ਨਹੀਂ ਮਿਲੀ ਸੋ ਕਿਰਪਾ ਕਰਕੇ ਜਿਹੜੀਆਂ ਇਸ ਤਰ੍ਹਾਂ ਦੀਆਂ ਖਬਰਾਂ ਨੇ ਉਹਨਾਂ ਨੂੰ ਪੂਰੀ ਸੰਜੀਦਗੀ ਨਾਲ ਲਿਆ ਜਾਵੇ ਤੇ ਪੁਛ ਪੜਤਾਲ ਕਰਕੇ ਉਸ ਤੋਂ ਬਾਅਦ ਹੀ ਇਹੋ ਜਿਹੀਆਂ ਖਬਰਾਂ ਨੂੰ ਸ਼ੇਅਰ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ